गल मैं बहुत सोच रहा वा कि 20 साल बाद 20 साल तुसी पेंटिंग तो मुख मोड़े रहे तो उस तो बाद तुसी दोबारा शुरू की थी, तो ये पेंटिंग्स होर निकल के सामने आई ने। ਸੱਠ ਬਾਹਠ ਦੇ ਵਿੱਚ ਮੈਂ ਪੜ੍ਹਦਾ ਹੁੰਦਾ ਸੀ ਝੂਟੀ ਚੀਜ਼ੀ ਚ ਉਦੋਂ ਬਣਾਉਂਦਾ ਸੀ। 60 ਤੱਕ ਮੈਂ ਵਧੀਆ 8ਵੀਂ 'ਚ ਪੜ੍ਹਦਾ ਸੀ, ਉਦੋਂ ਵਧੀਆ ਪੇਂਟਿੰਗ ਆਏ ਪੇਂਟ ਦੂਜ ਕਰਦਾ। ਅਤੇ ਜਦੋਂ ਮੈਂ ਸੇਲ ਕਰਦੀ ਹਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਆ ਕਿ ਮੈਂ ਇੰਨੀ ਵਧੀਆ ਫੈਮਿਲੀ ਦੇ ਵਿੱਚ ਆਈ ਹਾਂ ਅਤੇ ਇੰਨਾ ਵਧੀਆ ਉਹਨਾਂ ਦੇ ਕੋਲ ਆਰਟ ਹੈਗਾ ਆ। ਸਿੱਖਣ ਦੀ ਲਾਲਸਾ ਹੋਊਗੀ ਉਹੀ ਸਿੱਖ ਸਕਦਾ, ਮਿਹਨਤ ਕਰਨੀ ਸੈਕਰੀਫਾਈਸ ਮਿਹਨਤ ਬਹੁਤ ਕਰਨੀ। ਕਹਿੰਦੇ ਨੇ ਕਲਾਕਾਰ ਦੇ ਹੱਥ ਦੇ ਵਿੱਚ ਜਾਦੂ ਹੁੰਦਾ ਹੈ ਅਤੇ ਉਹ ਜਾਦੂ ਉਸ ਵੇਲੇ ਨਿਖਰ ਕੇ ਸਾਹਮਣੇ ਆਉਂਦਾ ਹੈ ਜਦੋਂ ਉਸਦੀ ਕਲਾਕਾਰੀ ਕਿਸੇ ਚਿੱਤਰ ਦੇ ਵਿੱਚ ਵਿਖਾਈ ਦਿੰਦੀ ਹੈ। ਅੱਜ ਤੁਹਾਨੂੰ ਅਜਿਹੀ ਇੱਕ ਚਿੱਤਰ ਦਿਖਾਵਾਂਗੇ ਅਤੇ ਇੱਕ ਅਜਿਹੇ ਚਿੱਤਰਕਾਰ ਦੇ ਨਾਲ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਸਨੇ 20 ਸਾਲ ਪਹਿਲਾਂ ਜਿਹੜਾ ਹੈ ਉਹ ਪੇਂਟਿੰਗ ਬਣਾਉਣਾ ਛੱਡ ਦਿੱਤਾ ਸੀਗਾ। 20 ਸਾਲ ਪਹਿਲਾਂ ਇਹਨਾਂ ਦੀਆਂ ਪੇਂਟਿੰਗ ਬਾ ਕਮਾਲ ਹੁੰਦੀਆਂ ਸੀਗੀਆਂ, 20 ਸਾਲ ਦਾ ਗੈਪ ਪਾਇਆ ਅਤੇ 20 ਸਾਲ ਬਾਅਦ ਦੁਬਾਰਾ ਇੱਕ ਵਾਰ ਜਿਹੜੀ ਹੈਗੀ ਉਹ ਪੇਂਟਿੰਗ ਸ਼ੁਰੂ ਕੀਤੀ ਅਤੇ ਉਹ ਪੇਂਟਿੰਗ ਹੋਰ ਵੀ ਨਿਖਰ ਕੇ ਸਾਹਮਣੇ ਆ ਰਹੀਆਂ ਨੇ। ਐਗਜ਼ੀਬਿਸ਼ਨ ਜਿਹੜੀ ਹੈ ਉਹ ਲੱਗੀ ਹੈ, ਮੇਲਾ ਬਾਬਾ ਗਦਰੀਆਂ ਦਾ ਹੈ ਜਿਸ ਜਗ੍ਹਾ ਦੇ ਉੱਪਰ ਇਹਨਾਂ ਵੱਲੋਂ ਜਿਹੜੀ ਹੈ ਉਹ ਆਪਣਾ ਇੱਕ ਸਟਾਲ ਲਗਾਇਆ ਗਿਆ। ਸਭ ਤੋਂ ਪਹਿਲਾਂ ਤੁਸੀਂ ਇਹ ਮੇਲਾ ਜ਼ਰੂਰ ਦੇਖੋ, ਇਹ ਜਲੰਧਰ ਦੇ ਵਿੱਚ ਜਿਹੜਾ ਹੈਗਾ ਹੈ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਉਹ ਮੇਲਾ ਗਦਰੀ ਬਾਬਿਆਂ ਦਾ ਜਿਹੜਾ ਹੈ ਉਹ ਲੱਗਿਆ ਹੋਇਆ। ਕਾਫੀ ਸਾਰੇ ਸਟਾਲ ਤੁਸੀਂ ਦੇਖ ਰਹੇ ਹੋਗੇ, ਮੇਰੇ ਖਿਆਲ ਨਾਲ 150 ਤੋਂ ਵੀ ਜ਼ਿਆਦਾ ਸਟਾਲ ਹੈ ਜਿਸ ਦੇ ਵਿੱਚ ਕਿਤਾਬਾਂ, ਚਿੱਤਰਕਾਰੀ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ। ਪਰ ਖਾਸ ਤੁਹਾਨੂੰ ਤਸਵੀਰ ਮੈਂ ਜ਼ਰੂਰ ਦਿਖਾਊਂਗਾ ਕਿਉਂਕਿ ਜਿੱਦਾਂ ਇਹਨਾਂ ਦਾ ਕਹਿਣਾ ਹੈ, ਸੋਹਨ ਲਾਲ ਹੋਰਾਂ ਦਾ ਕਹਿਣਾ ਹੈ ਕਿ ਬਈ 20 ਸਾਲ ਮੈਂ ਪੇਂਟਿੰਗ ਤੋਂ ਮੁੱਖ ਮੋੜਿਆ ਰਿਹਾ ਅਤੇ ਦੁਬਾਰਾ ਜਿਹੜੀ ਹੈ ਉਹ ਸ਼ੁਰੂਆਤ ਜਦੋਂ ਕੀਤੀ ਹੈ ਅਤੇ ਉਸ ਤੋਂ ਬਾਅਦ ਇਹ ਤਸਵੀਰਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਉੱਠਦੇ ਨੇ ਉਹ ਤਾਂ ਤੁਸੀਂ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸਿਓ। ਪਰ ਹਾਲ ਫਿਲਹਾਲ ਦੀ ਘੜੀ ਸੋਹਨ ਲਾਲ ਹੁਰੀ ਸਾਡੇ ਨਾਲ ਨੇ, ਉਹਦਾ ਪਰਿਵਾਰ ਸਾਡੇ ਨਾਲ ਹੈ, ਉਹਨਾਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਪਹਿਲਾਂ ਤਾਂ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ, ਬੜਾ ਕੀਮਤੀ ਤੁਹਾਡਾ ਸਮਾਂ ਹੈ ਜੀ। ਥੈਂਕ ਯੂ। ਅੱਛਾ, ਬੜਾ ਪਿਆਰਾ ਲੱਗਦਾ ਹੈ, ਬੜਾ ਅੱਛਾ ਲੱਗਦਾ ਜਦੋਂ ਇਹ ਪੇਂਟਿੰਗਸ ਮੈਂ ਦੇਖਦਾ ਵਾਂ। ਕਾਫੀ ਸਾਰੀਆਂ ਪੇਂਟਿੰਗਸ ਨੇ, ਇਹ ਤੁਸੀਂ ਆਪ ਬਣਾਈਆਂ ਨੇ ਅਤੇ ਇੱਕ ਗੱਲ ਮੈਂ ਬਹੁਤ ਸੋਚ ਰਿਹਾ ਵਾਂ ਕਿ 20 ਸਾਲ ਬਾਅਦ 20 ਸਾਲ ਤੁਸੀਂ ਪੇਂਟਿੰਗ ਤੋਂ ਮੁੱਖ ਮੋੜੇ ਰਹੇ ਅਤੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਸ਼ੁਰੂ ਕੀਤੀ ਅਤੇ ਇਹ ਪੇਂਟਿੰਗਸ ਹੋਰ ਨਿਖਰ ਕੇ ਸਾਹਮਣੇ ਆਈਆਂ ਨੇ, ਇਹ ਸਫ਼ਰ ਕਿਵੇਂ ਸ਼ੁਰੂ ਹੁੰਦਾ ਹੈ ਪੇਂਟਿੰਗਸ ਬਣਾਉਣ ਦਾ ਅਤੇ ਕਿਵੇਂ 20 ਸਾਲ ਦਾ ਗੈਪ ਪੈਂਦਾ ਹੈ ਅਤੇ 20 ਸਾਲ ਬਾਅਦ ਦੁਬਾਰਾ ਤੁਸੀਂ ਸ਼ੁਰੂ ਕਰਦੇ ਹੋ, ਥੋੜ੍ਹਾ ਜਿਹਾ ਸਾਨੂੰ ਵੀ ਦੱਸੋ। ਅੱਛਾ, 20 ਸਾਲ ਪਹਿਲਾਂ ਮੈਂ ਬਣਾਉਂਦਾ ਫਿਰ ਛੱਡ ਦਿੱਤੀਆਂ ਸੀ, ਛੱਡਣ ਤੋਂ 23 ਸਾਲ ਬਾਅਦ ਮੇਰਾ ਕੈਂਸਰ ਦਾ ਪ੍ਰੇਸ਼ਨ ਹੋਇਆ, ਉਦੋਂ ਬਾਅਦ ਮੈਂ ਇਹ ਸ਼ੁਰੂ ਕੀਤੀਆਂ। ਹਾਂ, ਹੁਣ ਉੱਦਾਂ ਵੈਸੇ ਕੰਮ ਲੋਹੇ ਦਾ ਬਿਲਡਿੰਗ ਦਾ ਕਰਦਾ ਅਤੇ ਇਹ ਸ਼ੌਂਕ ਆ ਮੇਰਾ, ਮੈਂ ਸ਼ੌਂਕੀਆ ਤੌਰ 'ਤੇ ਬਣਾਉਂਦਾ। ਸ਼ੌਂਕੀਆ ਤੌਰ 'ਤੇ ਬਣਾਉਂਦੇ ਹੋ। ਅੱਛਾ, ਕਦੋਂ ਤੁਸੀਂ ਸ਼ੁਰੂ ਕਦੋਂ ਕੀਤਾ ਸੀਗਾ ਇਹ ਪੇਂਟਿੰਗ ਬਣਾਉਣਾ, ਕਿਹੜੀ ਉਮਰੇ ਤੁਸੀਂ ਸ਼ੁਰੂ ਕੀਤਾ ਸੀਗਾ? 1968 ਦੇ ਵਿੱਚ ਪਹਿਲੀ ਪੇਂਟਿੰਗ ਬਣਿਆ। ਅੱਛਾ, ਹਾਂਜੀ। ਉਦੋਂ ਉਮਰ ਕੀ ਸੀਗੀ ਤੁਹਾਡੀ? ਉਦੋਂ ਮੇਰੀ ਸਿੱਖਾ 16 ਸਾਲ। 16 ਸਾਲ ਉਦੋਂ ਉਮਰ ਸੀਗੀ ਤੁਹਾਡੀ ਅਤੇ 16 ਸਾਲ ਦੀ ਉਮਰ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਸੀਗਾ, ਇਹ ਚਸਕਾ ਕਿਵੇਂ ਲੱਗਿਆ ਉਸ ਵੇਲੇ 16 ਸਾਲ ਦੀ ਉਮਰ ਦੇ ਵਿੱਚ? ਕੁਦਰਤੀ ਆ, ਰੱਬ ਗੋਡ ਗਿਫਟ ਆ, ਮੈਂ ਕਿਤੋਂ ਸਿੱਖਿਆ ਨਹੀਂ। ਮੈਂ ਕਿਤੋਂ ਨਹੀਂ, ਬਸ ਸਰਦਾਰ ਸ਼ੋਭਾ ਸਿੰਘ ਜੀ ਉਹਨਾਂ ਕੋਲ ਮੈਂ ਜਾਂਦਾ ਹੁੰਦਾ ਸੀ, ਉਹਨਾਂ ਦਾ ਸਾਰਾ ਆਸ਼ੀਰਵਾਦ ਆ। ਉਹਨਾਂ ਕੋਲ ਜਾਂਦੇ ਸੀਗੇ ਅਤੇ ਉਹਨਾਂ ਦਾ ਸਾਰਾ ਆਸ਼ੀਰਵਾਦ ਹੈਗਾ ਤੁਹਾਡੇ ਉੱਪਰ। ਅੱਛਾ, 16 ਸਾਲ ਦੀ ਉਮਰ ਜਦੋਂ ਬੰਦੇ ਨੂੰ ਹੁੰਦਾ ਕਿ ਬਈ ਮਸਤੀ ਕਰਾਂ, ਇਸ ਥਾਂ ਜਾਵਾਂ, ਇਸ ਥਾਂ ਜਾਵਾਂ, ਉਹ ਦੌਰ ਜਿਸ ਵੇਲੇ ਤੁਸੀਂ ਜਿਹੜਾ ਹੈਗਾ ਦੱਸ ਰਹੇ ਹੋ ਕਿ ਉਸ ਦੌਰ ਦੇ ਵਿੱਚ ਮੈਂ ਇਹ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ, ਉਸ ਦੌਰ ਦੇ ਵਿੱਚ ਇੱਕ ਜ਼ਮਾਨਾ ਕੁਛ ਅਲੱਗ ਹੁੰਦਾ ਸੀ, ਉਸ ਦੌਰ ਦੇ ਵਿੱਚ ਤੁਸੀਂ ਪੇਂਟਿੰਗ ਕਿਵੇਂ ਸ਼ੁਰੂ ਕੀਤੀ ਹੈ ਅਤੇ ਪਹਿਲੀ ਪੇਂਟਿੰਗ ਬਣਾਈ ਕੀ ਸੀ? ਮੈਨੂੰ ਸ਼ੌਂਕ ਸੀ, 60-62 ਦੇ ਵਿੱਚ ਮੈਂ ਪੜ੍ਹਦਾ ਹੁੰਦਾ ਸੀ, ਝੂਟੀ ਚੀਜ਼ੀ ਚ ਉਦੋਂ ਬਣਾਉਂਦਾ ਸੀ, 60 ਤੱਕ ਮੈਂ ਵਧੀਆ 8ਵੀਂ 'ਚ ਪੜ੍ਹਦਾ ਸੀ, ਉਦੋਂ ਵਧੀਆ ਪੇਂਟਿੰਗ ਆਇਲ ਪੇਂਟ ਯੂਜ ਕਰਦਾ ਸੀ। ਅੱਛਾ, ਉਦੋਂ ਬਾਅਦ ਹੌਲੀ ਹੌਲੀ ਨਾਲ ਮਕੈਨਿਕੀ ਦਾ ਕੰਮ ਕਰਦਾ ਸੀ ਅਤੇ ਨਾਲ ਰਾਤ ਨੂੰ ਸ਼ੌਂਕੀਆ ਤੌਰ 'ਤੇ ਬਣਾਉਂਦਾ ਸੀ।
अच्छा पहली पेंटिंग जिहड़ी 16 साल दी उम्र दे विच बनाई ओह किहड़ी पेंटिंग सी की एक्चुअल दे विच सी राम लक्ष्मण हनुमान ने मोढ़े ते पिछले पैरां ते रावण सी उस पेंटिंग ते मैनू ਜਾਇਨ ਕਲੱਬ ਵਾਲਿਆਂ ਨੇ 25 ਮਹੀਨਾ ਵਜ਼ੀਫਾ ਲਾਇਆ ਸੀ 3 ਸਾਲ ਬਾਅਦ ਇੱਕ ਪੇਂਟਿੰਗ ਦੇਖ ਕੇ ਉਹ ਪੇਂਟਿੰਗ ਤੁਸੀਂ ਬਣਾਈ ਸੀ ਤੇ ਉਸ ਦੇ ਨਾਲ ਹੀ ਤੁਹਾਡੇ ਫਿਰ ਭਾਗ ਖੁੱਲੇ ਤੇ ਉਸ ਤੋਂ ਬਾਅਦ ਤੁਸੀਂ ਇਸ਼ਾਰਾ ਸ਼ੁਰੂ ਕੀਤਾ ਮੈਨੂੰ ਜਾਇਨ ਕਲੱਬ ਵਾਲਿਆਂ ਨੇ ਵਜ਼ੀਫਾ ਦਿੱਤਾ ਪੇਂਟਿੰਗ ਦੇਖ ਕੇ ਅੱਛਾ ਕਿੰਨਾ ਵਜ਼ੀਫਾ ਕਿੰਨਾ ਸੀ ਉਸ ਵੇਲੇ 25 ਮਹੀਨਾ ਸੀ 60 ਵਿੱਚ ਲਗਾ 25 ਰੁਪਏ ਮਹੀਨਾ ਉਸ ਵੇਲੇ 25 ਰੁਪਏ ਕਾਫੀ ਹੁੰਦਾ ਸੀ ਬਹੁਤ ਹੁੰਦੇ ਸੀ 25 ਤਾਂ ਬਹੁਤ ਹੁੰਦੇ ਸੀ ਚੌਗੇ ਇੱਥੋਂ ਤੇ ਬੰਦੇ ਦੀ ਸਖਾ ਹੁੰਦੀ ਸੀ दोबारा कलम चक्की उदो बनाना सौखा रहा या फिर कलम होर बेहतर मैं हौली हौली जो महीने फिर दोबारा उर्दू अगे वधिया बन गया एदा ना मेरिया गुड़िया है दो उन्होंने मैं सिखाता सी अच्छा। 88 के बच्चे गुड़िया इतने गजी बाबा मेले से इनाम लेंदिया फर्स्ट प्राइज और फिर दोनों इस वे टीचर उन्होंने हाथ बहुत मैं छा सी वो कर लग पी अच्छा। जिदा मतलब छड़िया उस तो बाद ਤੁਹਾਡੀਆਂ ਜਿਹੜੀਆਂ ਨੇ ਉਹ ਅੱਗੇ ਬੱਚੇ ਨੇ ਉਹ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਬੱਚੇ ਦੋਨੇ ਕੁੜੀਆਂ ਮੇਰੀਆਂ ਪੇਂਟਿੰਗਾਂ ਇੱਕ ਜਲੰਧਰ ਕੈਂਬਰਿਜ ਸਕੂਲੇ ਚ ਹੈ ਟੀਚਰ ਲੱਗੀ ਹੈ ਇੱਕ ਲੁਧਿਆਣੇ ਸਕੂਲੇ ਲੱਗੀ ਹੋਈ ਹੈ ਉਸ ਅੱਗੇ ਆਰਟ ਟੀਚਰ ਆ ਅੱਛਾ ਮੈਂ ਇੱਕ ਵਾਰੀ ਜ਼ਰੂਰ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਇਹ ਪੇਂਟਿੰਗ ਜ਼ਰੂਰ ਦਿਖਾਵੇ ਪਹਿਲਾਂ ਤਾਂ ਸ਼ੁਰੂਆਤ ਵਾਲੀਆਂ ਪੇਂਟਿੰਗ ਤੁਸੀਂ ਜ਼ਰੂਰ ਦੇਖੋ ਦੈਨ ਉਸ ਤੋਂ ਬਾਅਦ ਜੋ ਪਿੱਛੇ ਪੇਂਟਿੰਗਸ ਲੱਗੀਆਂ ਨੇ ਉਹ ਵੀ ਬੜੀ ਪਿਆਰੀਆਂ ਪੇਂਟਿੰਗਸ ਨੇ ਹਰੇਕ ਪੇਂਟਿੰਗ ਅਜਿਹੀਆਂ ਨੇ ਜਿਸ ਦੇ ਵਿੱਚ ਕੋਈ ਨਾ ਕੋਈ ਬੋਲ ਹੈ ਅੱਛਾ ਮੈਂ ਸੁਣਿਆ ਕਿ ਤਸਵੀਰਾਂ ਬੋਲਦੀਆਂ ਹੁੰਦੀਆਂ ਨੇ ਤੁਹਾਡੀਆਂ ਕਾਫੀ ਸਾਰੀਆਂ ਤਸਵੀਰਾਂ ਨੇ ਕਿਸੇ ਨਾ ਕਿਸੇ ਤਸਵੀਰ ਦਾ ਕੋਈ ਨਾ ਕੋਈ ਕਿੱਸਾ ਹੋਵੇਗਾ ਕਿਸੇ ਤਸਵੀਰ ਦਾ ਜੋ ਤੁਸੀਂ ਬਣਾਇਆ ਹੋਵੇ ਉਸ ਦਾ ਕੋਈ ਕਿੱਸਾ ਜੇਕਰ ਤੁਸੀਂ ਸੁਣਾ ਦਿਓ ਇਹ ਕਿੱਸਾ ਜਾਇਆ ਮੈਂ ਬੁਲਾਈ ਸੀ ਉਹ ਔਲਾਦ ਵਾਲੋ ਫਿਲਮ ਦੀ ਪੁਰਾਣੀ ਫਿਲਮ ਦਾਖਲ ਦੇਓਗੇ ਬੋਏ ਵੋ ਤੁਮ ਇੱਕ ਪੈਸਾ ਦੋਗੇ ਵੋ 10 ਲੱਖ ਦੇਗਾ ਉਹ ਫਿਰ ਮੈਨੂੰ ਬਹੁਤ ਪਸੰਦ ਆਈ ਸੀ ਉਸ ਵੇਲੇ ਉਹ ਫਿਲਮ ਜੀ ਉਹ ਹਾਰਮੋਨੀਅਮ ਵਜਾਉਂਦੇ ਸੀ ਉਹ ਮੈਨੂੰ ਬਹੁਤ ਵਧੀਆ ਅੱਛਾ ਜਿਹੜਾ ਗਾਣਾ ਚੱਲਿਆ ਸੀਗਾ ਕਿ ਬਈ ਤੁਮ ਮੁਝੇ ਇੱਕ ਪੈਸਾ ਦੋਗੇ ਮੈਂ ਤੁਮੇ 10 ਪੈਸਾ ਦੂੰਗਾ 10 ਲੱਖ ਦੂੰਗਾ ਅੱਛਾ 10 ਲੱਖ ਦੂੰਗਾ ਉਹ ਗਾਣੇ ਦੇ ਉੱਪਰ ਉਹ ਗਾਣੇ ਤੇ ਵਿੱਚ ਫਿਲਮ ਦੇ ਵਿੱਚ ਉਹ ਹਾਰਮੋਨੀਅਮ ਵਜਾਉਂਦਾ ਆ ਉਸ ਤੋਂ ਦੇਖ ਕੇ ਮੈਂ कलाकारी बेहतर हो गई या फिर लगता है कि घट 2-4 महीने हल्कियां बनिया हौली हौली 2-4 महीने तो बाद फिर हौली हौली अगे नालों भी हाथ साफ हो ਮੋਟੀਵੇਸ਼ਨ ਕੌਣ ਰਿਹਾ ਉਸ ਵੇਲੇ ਜਦੋਂ ਤੁਸੀਂ ਆਫਟਰ ਜਿਵੇਂ ਕਹਿ ਰਹੇ ਹੋ ਕਿ ਬਈ ਕੈਂਸਰ ਤੋਂ ਜਿਹੜਾ ਹੈਗਾ ਹੈ ਉਹ ਮੈਂ ਉਭਰਿਆ ਉਸ ਤੋਂ ਬਾਅਦ ਮੋਟੀਵੇਸ਼ਨ ਕੌਣ ਬਣਿਆ ਤੁਹਾਡਾ ਪੇਂਟਿੰਗ ਬਣਾਉਣ ਦੇ ਵਿੱਚ ਮੋਢੇ ਚੰਗਾ ਮੈਨਾਂ ਕਿਤੇ ਮੈਂ ਨੂੰ ਕਿ ਕਿਤੇ ਡਾਕਟਰ ਨੂੰ ਗਿਫਟ ਦੇਣੀ ਸੀ PGI ਉਹ ਤੋਂ ਫਿਰ ਉਹਨਾਂ ਨੇ ਕਿਹਾ ਸੀ ਮੈਨੂੰ ਪੇਂਟ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਪੇਂਟਿੰਗ ਬਣਵਾ ਕੇ ਦਊਂਗਾ ਫਿਰ ਮੈਂ ਉਸ ਤੋਂ ਫਿਰ ਉਹਨਾਂ ਦੇ ਵਾਸਤੇ ਪਹਿਲਾਂ 4 ਪੇਂਟਿੰਗਾਂ ਬਣਾਈਆਂ ਸੀ ਅੱਛਾ ਮਤਲਬ ਕਿ ਡਾਕਟਰ ਸਾਹਿਬ ਨੂੰ ਤੁਸੀਂ ਪੇਂਟਿੰਗ ਦੇਣ ਦੇ ਲਈ ਪਹਿਲੀ ਆਫਟਰ ਜਿਹੜਾ ਹੈਗਾ ਬਾਅਦ ਦਵਾਰਾ ਸ਼ੁਰੂ ਕੀਤੇ 23 ਸਾਲ ਬਾਅਦ ਜੋਰਜਾਂ ਵਾਸਤੇ ਚੰਡੀਗੜ੍ਹ PGI ਸੀ ਡਾਕਟਰ ਉਹਨਾਂ ਨੂੰ ਗਿਫਟ ਦਿੱਤੀਆਂ ਅੱਛਾ ਮਤਲਬ ਤੁਸੀਂ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਗਿਫਟ ਦਿੱਤਾ ਜਦੋਂ ਤੁਸੀਂ ਆਫਟਰ ਕੈਂਸਰ ਜਦੋਂ ਤੁਸੀਂ ਜਿਹੜਾ ਹੈਗਾ ਛੁੱਟ ਕੇ ਆਏ ਹੋ ਠੀਕ ਹੈ ਜੀ ਬਹੁਤ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਮੈਮ ਪਹਿਲਾਂ ਤਾਂ ਜ਼ਰੂਰ ਮੈਂ ਜਾਣੂੰਗਾ ਕਿਹੋ ਜਿਹਾ ਲੱਗਦਾ ਹੈ ਜਦੋਂ ਤੁਹਾਡੇ ਨਾਲ ਐਡੇ ਵਧੀਆ ਕਲਾਕਾਰ ਜਦੋਂ ਨਾਲ ਹੁੰਦੇ ਨੇ ਉਦੋਂ ਫੀਲਿੰਗ ਕੀ ਹੁੰਦੀ ਹੈ ਪਹਿਲਾਂ ਤਾਂ ਜ਼ਰੂਰ ਜਾਣੂੰਗਾ ਮੈਂ ਤੁਹਾਡੀ ਹਾਂਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਪਾਪਾ ਨੇ ਮੇਰੇ ਫਾਦਰ ਇਨ ਲਾਅ ਅਤੇ ਜਦੋਂ ਮੈਂ ਸੇਲ ਕਰਦੀ ਹਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਆ ਕਿ ਮੈਂ ਇੰਨੀ ਵਧੀਆ ਫੈਮਿਲੀ ਦੇ ਵਿੱਚ ਆਈ ਹਾਂ ਅਤੇ ਇੰਨਾ ਵਧੀਆ ਉਹਨਾਂ ਦੇ ਕੋਲ ਆਰਟ ਹੈਗਾ ਆ ਅਤੇ ਮੈਨੂੰ ਅਸੀਂ ਵੀ ਉਹਨਾਂ ਨੂੰ ਸਪੋਰਟ ਕਰਦੇ ਹਾਂ ਅਤੇ ਉਹ ਵੀ ਸਾਨੂੰ ਇਸ ਲਈ ਮਤਲਬ ਸਪੋਰਟ ਕਰਦੇ ਆ ਬਹੁਤ ਜ਼ਿਆਦਾ ਅੱਛਾ ਕੀ ਮੁੱਲ ਪੈ ਜਾਂਦਾ ਇਹਨਾਂ ਤਸਵੀਰਾਂ ਦਾ ਵਧੀਆ ਅੱਛਾ ਮੁੱਲ ਪੈ ਜਾਂਦਾ ਜੀ
देखो कोई आर्टिस्ट है मतलब खुद कोई टीचर है तो उन्होंने इसकी वैल्यू पता है, नॉर्मल हले बहुत ज़्यादा घट आ, अदरवाइज बहुत ज़्यादा रिस्पॉन्स अच्छा ही है साढ़े, मतलब जेडे जिन्होंने समझ हैगी है पेंटिंग्स की वह मुल पा देंगे ने, पर जिन्होंने समझ नहीं हैगी वो इन्ना मुल नहीं, सिर्फ फोटोज ने और पूछते ने कि इतने शीशा क्यों नहीं लगाया गया। अच्छा इस करके ना थोड़ा मतलब फर्क आ जाता है। बहुत बहुत शुक्रिया जी तुसी समा दिता। अच्छा ये तुहाडे लटका ने आ लटका ये बनाउंदे ने पेंटिंग तुसी इन्हां नूं सिखाया तुसी? नहीं बनाउंदे पेंटिंग नहीं बनाउंदे। अच्छा मैं बड़ा देखिया है एक कलाकार अपने बच्चे नूं ओह कलाकारी कदी नहीं सिखाउंदा जिस दे विच लगदा है कि वी पैसे नहीं है, जे जे टेक सिखण दी लालसा होगी ओही सिख सकदा, मेहनत करनी सैक्रीफाइस मेहनत बहुत करनी। वैसे पापा जी जदों मतलब जॉब करदे सीगे जदों अपनी इहनां दी फैक्ट्री सीगी उहदे च जॉब करदे सी तां इहनां नूं थोड़े जे हैंड ते सट लग गई सी तां मेरे हसबैंड पापा दी उस टाइम उत्थे सपोर्ट कर रहे सीगे ते पेंटिंग दे विच जिद्दां इहनां दा खुद दा दिल दा मतलब हैगा इक शौक आ तां उह इहनां ने खुद अगे वधाया। बिल्कुल ये तस्वीर जरूर देखो बड़िया प्यारियां तस्वीर जड़ियां ने वो बनाई ने इन्होंने, चाहे वो भगत सिंह की होवे या फिर चाहे बाबा जी की होवे या फिर चाहे वो गीतकार की होवे जो एक फिल्म है जिस दे विच गीत गाँदा है कि भाई तुम मुझे एक पैसा दो भगवान तुम्हें करोड़ों पैसे देगा, तो उदा दियाँ तस्वीर भी जड़िया ने इन्होंने बनाईया ने। मैं शुरुआत दे विच जरूर यह कहा कि तस्वीर बोल दियां ने, जेकर तस्वीरां नूं परखण दा जेकर तस्वीरां नूं देखण दा तुहानूं झज होवे तां कलाकार दी कलाकृति जिहड़ी है वह दिखाई दिंदी है जिस दे नाल तस्वीरां बोलदियां ने। कैमरा सिंह पंकज दे नाल राजू गुप्ता बाबू शेयर टाइम जलंधर।